ਭੁੱਲ ਕੇ ਵੀ ਨਾ ਪੁੱਛ ਲਿਓ ਕੁੜੀਆਂ ਨੂੰ ਉਮਰ ਭਰਨਾ ਪੈ ਸਕਦਾ ਮੋਟਾ ਜੁਰਮਾਨਾ। ਸਤਿ ਸ਼੍ਰੀ ਅਕਾਲ ਜੀ, ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਨੂਰਵਰਜੋਤ ਕਰਦੀ ਹਾਂ ਸਵਾਗਤ। ਅਕਸਰ ਕੁੜੀਆਂ ਨੂੰ ਉਮਰ ਪੁੱਛਣਾ ਤਾਂ ਗੁਨਾਹ ਹੀ ਮੰਨਿਆ ਜਾਂਦਾ। ਜੇ ਕੋਈ ਮੁੰਡਾ ਕਿਸੇ ਕੁੜੀ ਤੋਂ ਉਮਰ ਪੁੱਛ ਵੀ ਲਵੇ ਨਾ ਤਾਂ ਕੁੜੀਆਂ ਖਿੱਚ ਜਾਂਦੀਆਂ, ਉਮਰ ਦੱਸਦੀਆਂ ਨਹੀਂ ਹੈ। ਔਰ ਜ਼ਿਆਦਾਤਰ ਕੁੜੀਆਂ ਨੂੰ ਇਹ ਸ਼ੌਂਕ ਹੁੰਦਾ ਕਿ ਉਹ ਆਪਣੀ ਉਮਰ ਘੱਟ ਹੀ ਦੱਸਣ। ਪਰ ਦੋਸਤੋ, ਕੀ ਤੁਹਾਨੂੰ ਪਤਾ ਇਹਦੇ ਨਾਲ ਜੁੜੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਕੁੜੀਆਂ ਦੀ ਉਮਰ ਪੁੱਛਣ ਦੇ ਨਾਲ ਜੁਰਮਾਨਾ ਵੀ ਭਰਨਾ ਪੈ ਸਕਦਾ ਜੀ? ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਆਇਰਲੈਂਡ ਦੇ ਵਿੱਚ, ਜਿੱਥੇ ਇੱਕ ਲੜਕੀ ਇੱਕ ਪੀਜ਼ਾ ਡਿਲੀਵਰੀ ਦੀ ਦੁਕਾਨ 'ਤੇ ਗਈ। ਕਾਫ਼ੀ ਵੱਡਾ ਜਿਹੜਾ ਪੀਜ਼ਾ ਡਿਲੀਵਰੀ ਹੈ ਪੂਰੀ ਇੰਡੀਆ ਦੇ ਵਿੱਚ ਉਹਦਾ ਨਾਮ ਹੈ, ਤਾਂ ਉੱਥੇ ਗਈ ਇੰਟਰਵਿਊ ਦੇਣ ਦੇ ਲਈ ਜਿੱਥੇ ਉਹ ਪੀਜ਼ਾ ਡਿਲੀਵਰੀ ਦੇ ਲਈ ਜੋਬ ਸੀ। ਤਾਂ ਉਸ ਤੋਂ ਬਾਅਦ ਇੰਟਰਵਿਊ ਲੈਣ ਵੇਲੇ ਉਸ ਤੋਂ ਉਸਦੀ ਉਮਰ ਪੁੱਛ ਲਈ ਗਈ। ਜਦੋਂ ਉਸਨੇ ਉਮਰ ਦੱਸੀ ਤਾਂ ਉਮਰ ਦੇ ਆਧਾਰ 'ਤੇ ਇਹ ਕਿਹਾ ਗਿਆ ਕਿ ਉਸਨੂੰ ਜੋਬ ਹੀ ਨਹੀਂ ਮਿਲੀ। ਤਾਂ ਉਸ ਤੋਂ ਬਾਅਦ ਉਸ ਔਰਤ ਦੇ ਵੱਲੋਂ, ਉਸ ਲੜਕੀ ਦੇ ਵੱਲੋਂ ਕੰਪਲੇਂਟ ਕਰ ਦਿੱਤੀ ਗਈ। ਇਸ ਤੋਂ ਬਾਅਦ ਮਾਮਲਾ ਇੱਥੇ ਆ ਕੇ ਖਤਮ ਹੋਇਆ ਕਿ ਜਿਹੜੀ ਕੰਪਨੀ ਸੀ ਪੀਜ਼ਾ ਕੰਪਨੀ, ਉਹਨੂੰ ਲੜਕੀ ਨੂੰ 4 ਲੱਖ ਰੁਪਇਆ ਦੇਣਾ ਪਿਆ। ਹੈਰਾਨ ਹੋ ਰਹੇ ਹੋ ਨਾ, ਖਬਰ ਸੁਣੋ। ਇੰਟਰਵਿਊ 'ਚ ਮਹਿਲਾ ਦੀ ਉਮਰ ਪੁੱਛਣ ਨਾਲ ਵੱਡੀ ਕੰਪਨੀ ਨੂੰ ਭਾਰੀ ਨੁਕਸਾਨ ਪੈ ਗਿਆ। ਇਸ ਦੇ ਲਈ ਕੰਪਨੀ ਨੂੰ ਮਹਿਲਾ ਨੂੰ 4,250 ਪਾਊਂਡ ਲਗਭਗ 4 ਲੱਖ ਰੁਪਏ ਮੁਆਵਜ਼ੇ ਦੇ ਰੂਪ ਦੇ ਵਿੱਚ ਦੇਣੇ ਪਏ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਉੱਤਰੀ ਆਇਰਲੈਂਡ ਦੇ ਵਿੱਚ ਰਹਿਣ ਵਾਲੀ ਜੋਨਿਸ ਵਾਲਸ਼ ਨਾਮ ਦੀ ਇੱਕ ਮਹਿਲਾ ਇੱਕ ਪੀਜ਼ਾ ਕੰਪਨੀ ਦੇ ਵਿੱਚ ਪੀਜ਼ਾ ਡਿਲੀਵਰੀ ਡਰਾਈਵਰ ਦੀ ਨੌਕਰੀ ਦੇ ਲਈ ਅਪਲਾਈ ਕਰਨ ਦੇ ਲਈ ਗਈ ਸੀ। ਕਾਉਂਟੀ ਟਾਇਰੋਨ ਦੇ ਸਟ੍ਰੇ ਬੈਨ ਦੇ ਵਿੱਚ ਪੀਜ਼ਾ ਫ੍ਰੈਂਚਸੀ ਦੇ ਇੰਟਰਵਿਊ ਦੇ ਵਿੱਚ ਜੈਨਿਸ ਨੂੰ ਉਸਦੀ ਉਮਰ ਪੁੱਛੀ ਗਈ। ਜੈਨਿਸ ਵਾਲਸ਼ ਦੇ ਅਨੁਸਾਰ ਉਸਦੀ ਉਮਰ ਅਤੇ ਮਹਿਲਾ ਹੋਣ ਦੇ ਕਾਰਨ ਜੋਬ ਦੇ ਵਿੱਚ ਨਹੀਂ ਰੱਖਿਆ ਗਿਆ, ਰਿਜੈਕਟ ਕਰ ਦਿੱਤਾ ਗਿਆ। ਫਰੈਂਚਾਈਜ਼ੀ ਦੇ ਮਾਲਕ ਨੂੰ ਮਾਫ਼ੀ ਤੱਕ ਮੰਗਣੀ ਪਈ। ਜੋਬ ਦੇ ਲਈ ਸਿਲੈਕਟ ਨਾ ਹੋਣ ਤੋਂ ਬਾਅਦ ਜੈਨਿਸ ਨੇ ਸਟੋਰ ਨੂੰ ਇੱਕ ਫੇਸਬੁੱਕ ਮੈਸੇਜ ਭੇਜ ਕੇ ਆਪਣੇ ਨਾਲ ਹੋਏ ਭੇਦਭਾਵ ਬਾਰੇ ਦੱਸਿਆ। ਉਸ ਤੋਂ ਬਾਅਦ ਇੰਟਰਵਿਊ ਲੈਣ ਵਾਲੇ ਨੇ ਉਸਨੂੰ ਫੋਨ ਕਰਕੇ ਮਾਫ਼ੀ ਵੀ ਮੰਗੀ। ਉਸਨੇ ਦੱਸਿਆ ਕਿ ਇਹ ਇਸ ਗੱਲ ਕਰਕੇ ਅਣਜਾਣ ਸੀ ਕਿ ਨੌਕਰੀ ਦੇ ਲਈ ਇੰਟਰਵਿਊ ਦੇ ਦੌਰਾਨ ਕਿਸੇ ਵੀ ਉਮਰ ਬਾਰੇ ਪੁੱਛਣਾ ਗਲਤ ਹੈ। ਜੈਨਿਸ ਨੇ ਸਟ੍ਰੇਬੈਨ ਫਰੈਂਚਾਈਜ਼ੀ ਅਤੇ ਉਸਦੇ ਪਿਛਲੇ ਮਾਲਕ ਦੇ ਉੱਪਰ ਭੇਦਭਾਵ ਦਾ ਆਰੋਪ ਲਗਾਇਆ। ਇਸ ਤੋਂ ਬਾਅਦ ਜੈਨਿਸ ਨੂੰ ਮੁਆਵਜ਼ੇ ਦੇ ਵਿੱਚ 4,250 ਪਾਊਂਡ ਦੀ ਪੇਸ਼ਕਸ਼ ਦਿੱਤੀ ਗਈ ਅਤੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ ਗਈ। ਦੂਜੇ ਕਰਮਚਾਰੀ ਤੋਂ ਪਤਾ ਚੱਲਿਆ ਜੈਨਿਸ ਦੇ ਨਾ ਸਿਲੈਕਟ ਹੋਣ ਦਾ ਕਾਰਨ। ਨੌਕਰੀ ਨਾ ਮਿਲਣ ਤੋਂ ਬਾਅਦ ਜੈਨਿਸ ਨੂੰ ਪੀਜ਼ਾ ਕੰਪਨੀ ਦੇ ਇੱਕ ਹੋਰ ਕਰਮਚਾਰੀ ਤੋਂ ਪਤਾ ਚੱਲਿਆ ਕਿ ਜੋਬ ਦੇ ਲਈ 18 ਤੋਂ 30 ਸਾਲ ਦੀ ਉਮਰ ਦੇ ਲੋਕਾਂ ਨੂੰ ਸਟੇਬਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਮੈਂ ਕੇਵਲ ਆਦਮੀਆਂ ਨੂੰ ਹੀ ਡਰਾਈਵਰ ਦੀ ਜੋਬ ਦੇ ਲਈ ਦੇਖ ਰਿਹਾ। ਅਜਿਹੇ ਦੇ ਵਿੱਚ ਉਸਨੂੰ ਨੌਕਰੀ ਨਹੀਂ ਦਿੱਤੀ ਗਈ ਕਿਉਂਕਿ ਉਹ ਮਹਿਲਾ ਸੀ ਅਤੇ ਉਸਦੇ ਨਾਲ ਭੇਦਭਾਵ ਕੀਤਾ ਗਿਆ। ਇਸ ਤੋਂ ਬਾਅਦ ਜੈਨਿਸ ਨੇ ਮਾਮਲੇ ਦੀ ਸ਼ਿਕਾਇਤ ਉੱਤਰੀ ਆਇਰਲੈਂਡ ਇਕੁਆਲਿਟੀ ਕਮਿਸ਼ਨ ਨੂੰ ਕੀਤੀ। ਕਮਿਸ਼ਨ ਨੇ ਉਸਦੀ ਪੂਰੀ ਕਾਨੂੰਨੀ ਲੜਾਈ ਦੇ ਵਿੱਚ ਮਦਦ ਕੀਤੀ ਅਤੇ ਉਸਨੂੰ ਮੁਆਵਜ਼ਾ ਵੀ ਦਵਾਇਆ। ਇਸ ਵਿੱਚ ਪੀਜ਼ਾ ਕੰਪਨੀ ਨੇ ਇਸ ਘਟਨਾ ਦੇ ਲਈ ਰਿਐਕਟ ਕਰਦੇ ਹੋਏ ਕਿਹਾ ਕਿ ਸਾਡੀ ਕੰਪਨੀ ਇੱਕ ਫਰੈਂਚਾਈਜ਼ੀ ਮਾਡਲ ਆਪਰੇਟ ਕਰਦਾ ਹੈ। ਇਸ ਦੇ ਲਈ ਸਟੋਰ ਇੰਪਲੋਇਮੈਂਟ ਅਤੇ ਰਿਕਰੂਟਮੈਂਟ ਦੀ ਜ਼ਿੰਮੇਵਾਰੀ ਫਰੈਂਚਾਈਜ਼ੀ ਦੀ ਹੈ। ਸੋ ਕਿਤੇ ਨਾ ਕਿਤੇ ਮਹਿਲਾ ਨੂੰ ਇਹ ਫੀਲ ਹੋਇਆ ਕਿ ਉਸਦੇ ਨਾਲ ਫਰਕ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਮਰਦਾਂ ਨੂੰ ਉੱਥੇ ਨੌਕਰੀ ਦਿੱਤੀ ਜਾਂਦੀ ਹੈ ਪਰ ਮੈਂ ਮਹਿਲਾ ਸੀ ਇਸ ਕਰਕੇ ਮੈਨੂੰ ਨੌਕਰੀ ਨਹੀਂ ਦਿੱਤੀ ਗਈ। ਪਹਿਲੀ ਗੱਲ ਇਹ ਖਾਸ ਹੋ ਗਈ ਕਿ ਜਦੋਂ ਉਸ ਤੋਂ ਉਸਦੀ ਉਮਰ ਪੁੱਛੀ ਗਈ ਤਾਂ ਉਸ ਤੋਂ ਬਾਅਦ ਮਹਿਲਾ ਬਹੁਤ ਜ਼ਿਆਦਾ ਨਿਰਾਸ਼ ਹੋਈ ਤਾਂ ਉਸ ਤੋਂ ਬਾਅਦ ਉਸਦੇ ਵੱਲੋਂ ਕੇਸ ਲਗਾ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਕੰਪਨੀ ਨੂੰ ਖੁਦ ਆ ਕੇ ਮਾਫ਼ੀ ਵੀ ਮੰਗਣੀ ਪਈ ਅਤੇ ਬਕਾਇਦਾ ਉਸਨੂੰ ਰਾਸ਼ੀ ਵੀ ਅਦਾ ਕਰਨੀ ਪਈ। ਸੋ ਹੁਣ ਪਤਾ ਲੱਗ ਗਿਆ, ਹੁਣ ਨਾ ਕਦੇ ਵੀ ਭੁੱਲ ਕੇ ਪੁੱਛੋ ਕੁੜੀਆਂ ਦੀ ਉਮਰ ਕਿੱਦਾਂ ਦੀ ਲੱਗੀ ਜਾਣਕਾਰੀ। ਕਮੈਂਟ ਸ਼ੇਅਰ ਕਰਦੇ ਰਹੋ, ਜੁੜੇ ਰਹੋ ਸਾਡੇ ਨਾਲ, ਵੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਮੈਨੂੰ ਦਿਆ ਗਿਆ, ਸਤਿ ਸ਼੍ਰੀ ਅਕਾਲ।